ਸਰਬੱਤ ਨਦੀ ਉੱਪਰ ਸੁਭਾਇ ਮਨ ਨਸ ਪਾਤਸ਼ਾਹੀਆਂ ਦੀ ਆਤਮਕ ਜੋਤ ਮਾਣੀ ਗੁਰੂ ਸ਼ਬਦ ਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਾਜ਼ਰ ਹਜ਼ੂਰੀ ਵਿੱਚ ਗੁਰਦੁਆਰਾ ਸਾਹਿਬ ਵੀ ਐਲੀ ਹਰਿਦੁਆਰ ਦੀ ਧਰਤੀ ਤੇ ਬੜੇ ਹੀ ਅਦਭੁਤ ਸਤਿਕਾਰ ਦੇ ਨਾਲ ਗੁਰਦੁਆਰਾ ਗਿਆਨ ਗੋਦੜੀ ਹਰ ਕੀ ਪੌੜੀ ਹਰਿਦੁਆਰ ਮੂਲ ਸਥਾਨ ਦੀ ਉਸਾਰੀ ਦੇ ਸੰਬੰਧ ਵਿੱਚ ਰੱਖੀ ਇਸ ਮੀਟਿੰਗ ਦੇ ਵਿੱਚ ਬੜੇ ਅਦਭੁਤ ਸਤਿਕਾਰ ਨਾਲ ਜੁੜ ਵਿੱਚ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਸਰਬੱਤ ਮਹਾਂਪੁਰਸ਼ ਗੁਰੂ ਘਰਾਂ ਦੇ ਸੇਵਾਦਾਰ ਹਰਿਦੁਆਰ ਸਾਹਿਬ ਦੀਆਂ ਸੰਗਤਾਂ ਔਰ ਦੇਹਰਾਦੂਨ ਇਲਾਕੇ ਦੇ ਪਿੰਡਾਂ ਦੀਆਂ ਸੰਗਤਾਂ ਜਿਹੜੀਆਂ ਵੀ ਇੱਥੇ ਜੁੜ ਬੈਠੀਆਂ ਨੇ ਔਰ ਇਸ ਗੁਰੂ ਘਰ ਦੀ ਸਮੂਹ ਪ੍ਰਬੰਧਕ ਕਮੇਟੀ ਗ੍ਰੰਥੀ ਸਿੰਘ ਸੇਵਾਦਾਰ ਸਰਬੱਤ ਮਾਈ ਭਾਈ ਸਰਬ ਵਿਚਾਰਾਂ ਦੀ ਸਾਂਝ ਤੋਂ ਪਹਿਲਾਂ ਔਰ ਸਾਰੇ ਸਤਿਗੁਰ ਦੀ ਬਖਸ਼ਿਸ਼ ਕੀਤੀ ਹੋਈ ਪਾਵਨ ਪਵਿੱਤਰ ਗੁਰਫਤਿਹ ਦੀ ਸਾਂਝ ਕਰੀਏ ਕੋਈ ਵੀ ਰਸਨਾ ਵਾਂਝੀ ਨਾ ਰਹੇ ਸਾਰੇ ਬੜੇ ਅਦਭੁਤ ਸਤਿਕਾਰ ਨਾਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਸੀਸ ਝੁਕਾਓ ਅਤੇ ਮਿਲ ਕੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਬੋਲਣ ਵਾਲੇ ਸਾਰੇ ਸਤਿਕਾਰਯੋਗ ਬੁਲਾਰਿਆਂ ਦੇ ਪਾਸੋਂ ਆਪ ਜੀ ਨੇ ਬੜੇ ਵਿਸਥਾਰ ਨਾਲ ਵਿਚਾਰਾਂ ਸਰਵਣ ਕੀਤੀਆਂ ਹਨ। ਗੁਰਦੁਆਰਾ ਗਿਆਨ ਗੋਦੜੀ ਦਾ ਭਲਾ ਮੰਗਣ ਵਾਲੇ ਦੇਸ਼ਾਂ ਦਸਾਂਤਰਾਂ ਦਾ ਰਟਨ ਕੀਤਾ ਵੱਖ ਵੱਖ ਧਰਮਾਂ ਦੇ ਧਰਮ ਸਥਾਨਾਂ ਤੇ ਜਾ ਕੇ ਧਰਮੀ ਲੋਕਾਂ ਨੂੰ ਧਰਮ ਦਾ ਉਪਦੇਸ਼ ਦਿੱਤਾ ਕਦੇ ਮੱਕੇ ਮਦੀਨੇ ਦੀ ਧਰਤੀ ਕਦੇ ਗੜ੍ਹ ਬਗਦਾਦ ਮੁਲਤਾਨ ਦੀ ਧਰਤੀ ਔਰ ਕਦੇ ਹਰ ਕੀ ਪੌੜੀ ਹਰਿਦੁਆਰ। ਇਸ ਜਗ੍ਹਾ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਚਰਨ ਪਾਏ ਤੇ ਆਪ ਸਾਰਿਆਂ ਨੂੰ ਪਤਾ ਹੈ ਕਿ ਜਦੋਂ ਗੁਰੂ ਨਾਨਕ ਸਾਹਿਬ ਇੱਥੇ ਆਏ ਉਦੋਂ ਮੇਲਾ ਲੱਗਿਆ ਸੀ ਹਰਿਦੁਆਰ ਵਿੱਚ ਸਨਾਤਨ ਮਤ ਦੇ ਵੀਰਾਂ ਦਾ ਪਾਂਡੇ ਬ੍ਰਾਹਮਣ ਵੀਰਾਂ ਦਾ ਔਰ ਉਹ ਸਾਰੇ ਹੀ ਸੂਰਜ ਲੋਕ ਨੂੰ ਆਪਣੇ ਪਿਤਰ ਲੋਕ ਨੂੰ ਬਾਣੀ ਦੇ ਰਹੇ ਸੀ। ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਏ ਹਰ ਗੀ ਪੌੜੀ ਗੰਗਾ ਦੇ ਤੱਟ ਦੇ ਸਤਿਗੁਰ ਸੱਚੇ ਪਾਤਸ਼ਾਹ ਨੇ ਵੀ ਉਹਨਾਂ ਨੂੰ ਗਿਆਨ ਵੰਡਣ ਵਾਸਤੇ ਗੰਗਾ ਚ ਪ੍ਰਵੇਸ਼ ਕੀਤਾ ਸਾਰੇ ਚੜ੍ਹਦੇ ਵੱਲ ਬਾਣੀ ਦੇ ਰਹੇ ਸੀ। ਸਤਿਗੁਰ ਸੱਚੇ ਪਾਤਸ਼ਾਹ ਨੇ ਉਪਦੇਸ਼ ਗਿਆਨ ਦਿੱਤਾ ਕਿ ਭਰਿਓ ਜਿਉਂਦੇ ਮਾਂ ਬਾਪ ਜਿਉਂਦੇ ਬਜ਼ੁਰਗਾਂ ਦੀ ਸੇਵਾ ਕਰੋ ਮਰਿਆਂ ਦੇ ਸ਼ਰਾਧ ਕਰਨੇ ਜਾਂ ਇਸ ਤਰ੍ਹਾਂ ਦੇ ਕਰਮ ਕਾਂਡ ਕਰਨੇ ਕਿਸੇ ਲੇਖੇ ਵਿੱਚ ਨਹੀਂ। ਸੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉੱਥੇ ਕਰਮ ਕਾਂਡ ਦਾ ਖੰਡਨ ਕਰਕੇ ਗਿਆਨ ਦਾ ਚਾਨਣ ਵੰਡਿਆ ਜਿੱਥੇ ਹਰ ਕੀ ਪੌੜੀ ਤੇ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਸਥਾਪਿਤ ਹੋਇਆ। ਤੇ ਮੈਂ ਬੇਨਤੀ ਕਰਾਂ ਗੁਰਮੁਖੋ ਮੁਗਲਾਂ ਵੇਲੇ ਵੀ ਸਾਡਾ ਗੁਰਦੁਆਰਾ ਸਾਹਿਬ ਸਥਾਪਿਤ ਰਿਹਾ ਅੰਗਰੇਜ਼ਾਂ ਵੇਲੇ ਵੀ ਸਥਾਪਿਤ ਰਿਹਾ ਪਰ 1978 ਵਿੱਚ ਗੁਰਦੁਆਰਾ ਸਾਹਿਬ ਦੇ ਗੁਰਮੁਖ ਪਿਆਰਿਓ ਕੋਲ ਆਪ ਸਾਰੇ ਗਿਆਨ ਗੋਦੜੀ ਦਾ ਨਾਂ ਹੀ ਸੀ ਲੈਂਦਾ ਕਿ ਇੱਥੇ ਕਦੇ ਗਿਆਨ ਗੋਦੜੀ ਸੀ। ਅਸੀਂ ਗੁਰਮੁਖ ਪਿਆਰਿਓ ਸਾਡੇ ਸੰਘਰਸ਼ ਦੀ ਜਿੱਤ ਹੋਈ ਗੁਰੂ ਨੇ ਕਿਰਪਾ ਕੀਤੀ ਕਿ ਜਿਸ ਵੇਲੇ ਹਰੀਸ਼ ਰਾਵਤ ਇੱਥੋਂ ਦੇ ਮੁੱਖ ਮੰਤਰੀ ਬਣੇ ਗੁਰਮੁਖ ਪਿਆਰਿਓ ਸ੍ਰੀ ਹਰੀਸ਼ ਰਾਵਤ ਭਾਈ ਸੇਠੀ ਜੀ ਬੈਠੇ ਆ ਦੇਹਰਾਦੂਨ ਤੋਂ ਕੇਂਦਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਬੈਠੇ ਆ ਉਹਨਾਂ ਦੇ ਨਾਲ ਮੈਂ ਪੰਜਾਬ ਤੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਸਰਦਾਰ ਪ੍ਰਤਾਪ ਸਿੰਘ ਬਾਜਵਾ ਸਨ ਉਸ ਵੇਲੇ ਤੇ ਸਾਡਾ ਇੱਕੋ ਹੀ ਨਗਰ ਹੋਣ ਕਰਕੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਤੁਹਾਡੀ ਸਰਕਾਰ ਹੈ ਹਰਿਦੁਆਰ ਦੇ ਵਿੱਚ ਆਪਣਾ ਉੱਤਰਾਖੰਡ ਵਿੱਚ ਤੁਸੀਂ ਉਹਨਾਂ ਕੋਲ ਸਮਾਂ ਲੈ ਕੇ ਦੋ ਅਸੀਂ ਮੁੱਖ ਮੰਤਰੀ ਨਾਲ ਗੱਲ ਕਰਨੀ ਚਾਹੁੰਦੇ ਹਾਂ ਗਿਆਨ ਗੋਦੜੀ ਦੇ ਸੰਬੰਧ ਵਿੱਚ ਤੇ ਜਿਸ ਵੇਲੇ ਗੁਰਮੁਖ ਪਿਆਰੇ ਉਹਨਾਂ ਨੇ ਕਿਹਾ ਸਮਾਂ ਕੀ ਲੈਣਾ ਮੈਂ ਖੁਦ ਨਾਲ ਚੱਲਦਾ ਮੈਂ ਵੀ ਇੱਕ ਸਿੱਖ ਹਾਂ ਸਿੱਖ ਹੋਣ ਦੇ ਨਾਤੇ ਉਹ ਵੀ ਸਾਡੇ ਨਾਲ ਆਏ ਤੇ ਦੇਹਰਾਦੂਨ ਸੀਐਮ ਹਾਊਸ ਦੇ ਵਿੱਚ ਅਸੀਂ ਲੰਬੀ ਗੱਲਬਾਤ ਜਿਹੜੀ ਸੀ ਸ੍ਰੀ ਹਰੀਸ਼ ਰਾਵਤ ਦੇ ਨਾਲ ਕੀਤੀ ਤੇ ਆਪਣੀਆਂ ਦਲੀਲਾਂ ਦੇ ਨਾਲ ਉਹਨਾਂ ਨੂੰ ਜਤਾਇਆ ਕਿ ਇੱਥੇ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਸੀ ਸਰਦਾਰ ਪ੍ਰਤਾਪ ਸਿੰਘ ਬਾਜਵਾ ਕੁਵਰ ਜਮਿੰਦਰ ਸਿੰਘ ਭਾਈ ਗੁਰਚਰਨ ਸਿੰਘ ਬਾਬਾ ਜਾਂ ਭਾਈ ਹਰਪਾਲ ਸਿੰਘ ਸੇਠੀ ਜੀ ਔਰ ਨਾਲ ਕੇਂਦਰੀ ਗੁਰੂ ਸਿੰਘ ਸਭਾ ਦੇ ਹੋਰ ਬਹੁਤ ਸਾਰੇ ਪਤਵੰਤੇ ਸੱਜਣ ਸਨ। ਜਦੋਂ ਅਸੀਂ ਘੰਟਿਆਂ ਬੰਦੀ ਮੁਲਾਕਾਤ ਮੁੱਖ ਮੰਤਰੀ ਨਿਵਾਸ ਦੇ ਉੱਤੇ ਸ੍ਰੀ ਹਰੀਸ਼ ਰਾਵਤ ਨਾਲ ਕੀਤੀ ਤੇ ਇਹ ਸਾਡੇ ਸੰਘਰਸ਼ ਦੀ ਪਹਿਲੀ ਜਿੱਤ ਸੀ ਕਿ ਗੁਰਮੁਖ ਪਿਆਰਿਓ ਜਿਸ ਗਿਆਨ ਗੋਦੜੀ ਬਾਰੇ ਕੋਈ ਵੀ ਅਫਸਰ ਜਿਹੜਾ ਸੀ ਆਫੀਸਰੀ ਬਿਆਨ ਤੱਕ ਨਹੀਂ ਸੀ ਦਿੰਦਾ
ਮੁੱਖ ਮੰਤਰੀ ਉੱਤਰਾਖੰਡ ਨੇ ਐਲਾਨ ਕੀਤਾ ਦੇਹਰਾਦੂਨ ਦੇ ਇੱਕ ਸਮਾਗਮ ਦੇ ਵਿੱਚ, ਇੱਕ ਧਾਰਮਿਕ ਸਮਾਗਮ ਚ, ਕਿ ਗੁਰਦੁਆਰਾ ਗਿਆਨ ਗੋਦੜੀ ਹਰ ਕੀ ਪੌੜੀ ਹਰਿਦੁਆਰ ਸਿੱਖ ਪੰਥ ਦੇ ਹਵਾਲੇ ਕੀਤਾ ਜਾਊਗਾ। ਸਾਡੇ ਸੰਘਰਸ਼ ਦੀ ਜਿੱਤ ਸੀ। ਅਸੀਂ ਹਰੇਕ ਦੇ ਦਰਵਾਜੇ ਤੇ ਜਾ ਕੇ ਅਲਖ ਜਗਾਈ, ਸੰਤ ਮਹਾਂਪੁਰਸ਼ਾਂ, ਪ੍ਰਚਾਰਕਾਂ, ਸੰਗਤਾਂ ਨਾਲ ਰਾਬਤਾ, ਇੱਥੋਂ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅੱਜ ਵੀ ਸੁਭਾਏਮਾਨ ਨੇ, ਮੈਂ ਸਤਿਕਾਰ ਕਰਦਾ, ਧੰਨਵਾਦ ਕਰਦਾ ਜਿਨ੍ਹਾਂ ਨੇ ਸਹਿਯੋਗ ਦਿੱਤਾ। ਪਰ ਉਸ ਵੇਲੇ ਮੈਨੂੰ ਖਿੜਾ ਇਸ ਗੱਲ ਦਾ ਕਿ ਉਸ ਵੇਲੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ, ਜਿਨ੍ਹਾਂ ਨੂੰ ਹੁਣ ਪੰਥ ਰੱਦ ਕਰ ਚੁੱਕੇ ਹਨ, 10 ਨਵੰਬਰ 2015 ਦੇ ਸਰਬੱਤ ਖਾਲਸਾ ਵਿੱਚ ਗਿਆਨੀ ਗੁਰਬਚਨ ਸਿੰਘ, ਜਿਨ੍ਹਾਂ ਨੇ ਸਿੱਖ ਨੌਜਵਾਨਾਂ ਦੇ ਕਾਦਰ ਤੇ ਸਿੱਖ ਪਰੰਪਰਾਵਾਂ ਦੇ ਕਾਦਰ ਪਖੰਡੀ ਰਾਮ ਰਹੀਮ ਸਰਸੇ ਵਾਲੇ ਨੂੰ ਬੇਮੰਗੀ ਮੁਆਫੀ ਦਿੱਤੀ ਬਾਦਲਾਂ ਦੇ ਇਸ਼ਾਰੇ ਤੇ, ਔਰ ਜਿਨ੍ਹਾਂ ਦੇ ਕਾਰਨ ਗੁਰਮੁਖ ਪਿਆਰੇ, ਜਿਸ ਦੇ ਕਾਰਨ ਸਾਡੇ 4 ਨੌਜਵਾਨ ਸਿੱਖ ਸ਼ਹੀਦ ਹੋਏ ਔਰ ਸਾਡੀਆਂ ਸਿੱਖ ਪਰੰਪਰਾਵਾਂ ਕਤਲ ਹੋਈਆਂ, ਉਸ ਤੋਂ ਬਾਅਦ ਬਾਣੀ ਦੀ ਬੇਰਬੀ ਦਾ ਕਿੱਡਾ ਵੱਡਾ ਪਛਤਾਪ ਅਸੀਂ ਹਟਾਇਆ। ਤੁਹਾਨੂੰ ਪਤਾ ਹੈ ਕਿ 24 ਸਤੰਬਰ 2015 ਨੂੰ ਗਿਆਨੀ ਗੁਰਬਚਨ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਬਾਦਲਾਂ ਦੇ ਇਸ਼ਾਰੇ ਤੇ ਉਹਨਾਂ ਨੂੰ ਨੋਟਾਂ ਵੋਟਾਂ ਦਾ ਗੁਰਮੁਖ ਪਿਆਰੇ ਸਹਿਯੋਗ ਦਿਵਾਉਣ ਵਾਸਤੇ ਉਹ ਸੌਦਾ ਸਾਹਿਬ ਜਿਹਨੂੰ ਪੰਥ ਚੋਂ ਖਾਰਜ ਕੀਤਾ ਗਿਆ ਸੀ 17 ਮਈ 2007 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮਨਾਮਾ ਜਾਰੀ ਹੋਇਆ ਸੀ ਔਰ ਜਿਹਦੇ ਨਾਲ ਰੋਟੀ ਬੇਟੀ ਦੀ ਸਾਂਝ ਨਹੀਂ ਸੀ ਉਸ ਨੂੰ ਮੁਆਫੀ ਦਿੱਤੀ, ਜਿਹਦੇ ਨਾਲ ਪੰਥ ਜਿਹੜਾ ਸੀ ਗੁਰਮੁਖ ਪਿਆਰੇ ਰੋਹ ਵਿੱਚ ਆ ਗਿਆ ਤੇ 16 ਅਕਤੂਬਰ ਨੂੰ ਮੁੜ ਉਹ ਜਿਹੜਾ ਮਾਫ਼ੀਨਾਮਾ ਸੀ ਉਹ ਰੱਦ ਕਰਨਾ ਪਿਆ। ਪਹਿਲੀ ਵਾਰ ਹੋਇਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮਨਾਮਾ ਉਹਨਾਂ ਦੀਆਂ ਗਲਤੀਆਂ ਦੇ ਕਾਰਨ ਰੱਦ ਕਰਨਾ ਪਿਆ, ਨਹੀਂ ਤੇ ਅੱਜ ਤੱਕ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮ ਕਦੇ ਰੱਦ ਨਹੀਂ ਕਰਨਾ ਪਿਆ। ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮ ਹਰ ਸਿੱਖ ਸਿਰ ਨਵਾ ਕੇ ਮੰਨਦਾ, ਭਾਵੇਂ ਉਹ ਅੰਮ੍ਰਿਤਧਾਰੀ ਹੈ, ਭਾਵੇਂ ਉਹ ਕੇਸਰਧਾਰੀ ਹੈ, ਭਾਵੇਂ ਕਰੀਮ ਸਿੰਘ ਹੈ, ਜਿਹੜਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਗੁਰੂ ਮੰਨਦਾ, ਸ਼ਰਧਾ ਨਾਲ ਸਿਰ ਝੁਕਾਉਂਦਾ, ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਤੋਂ ਕਦੇ ਪਰੇ ਨਹੀਂ ਜਾਂਦਾ। ਪਰ ਇਹਨਾਂ ਦੀਆਂ ਗਲਤੀਆਂ ਦੇ ਕਾਰਨ ਇਹਨਾਂ ਨੇ ਸਿਆਸੀ ਲਾਭ ਲੈਣ ਵਾਸਤੇ ਗੁਰਮੁਖ ਪਿਆਰੇ ਜੋ ਇਹਨਾਂ ਨੇ ਖੇਡ ਖੇਡੀ, ਪੰਥ ਹਿੱਕੜਾ ਕੇ ਖੜਾ ਹੋਇਆ ਤੇ ਗੁਰਮੁਖ ਪਿਆਰੇ ਉਹਨਾਂ ਨੂੰ ਸਿਆਸੀ ਹੁਕਮਨਾਮਾ ਰੱਦ ਕਰਨਾ ਪਿਆ। ਹੁਕਮਨਾਮਾ ਤੇ ਰੱਦ ਕਰ ਦਿੱਤਾ ਪਰ ਪੰਥ ਨੇ ਉਹਨਾਂ ਨੂੰ ਵੀ ਰੱਦ ਕਰ ਦਿੱਤਾ ਕਿ ਤੁਹਾਨੂੰ ਪੰਥ ਨੇ, ਕੌਮ ਨੇ ਪੰਥ ਦੇ ਭਲੇ ਲਈ ਲਾਇਆ, ਤੁਸੀਂ ਸਿੱਖਾਂ ਦੇ ਭਲੇ ਲਈ ਹੁਕਮ ਜਾਰੀ ਕਰਨੇ ਨੇ ਤਖ਼ਤਾਂ ਤੋਂ, ਪਰ ਤੁਸੀਂ ਤੇ ਪੰਥ ਵਿਰੋਧੀਆਂ ਦੇ ਭਲੇ ਲਈ ਹੁਕਮ ਜਾਰੀ ਕਰ ਰਹੇ ਹੋ, ਜਿਨ੍ਹਾਂ ਦੇ ਹੱਥ ਸਾਡੇ ਸਿੱਖ ਨੌਜਵਾਨਾਂ ਦੇ ਖੂਨ ਨਾਲ ਰੰਗੇ ਆ, ਜਿਨ੍ਹਾਂ ਦੇ ਹੱਥ ਸਾਡੇ ਗੁਰੂ ਸਾਹਿਬ ਦੀਆਂ ਮਹਾਨ ਪਰੰਪਰਾਵਾਂ ਦੇ ਕਤਲ ਨਾਲ ਰੰਗੇ ਆ, ਅੰਮ੍ਰਿਤ ਛਕਾਉਣ ਦੀ ਨਕਲ, ਗੁਰੂ ਸਾਹਿਬ ਵਰਗਾ ਬਾਣ ਕਲਗੀ ਲਾਉਣ ਦੀ ਨਕਲ, ਇਹੋ ਜਿਹੇ ਪਖੰਡੀ ਬੰਦੇ ਨੂੰ ਤੁਸੀਂ ਮਾਫ਼ੀ ਦੇ ਦਿਓ ਵੀ ਬਿਨ ਮੰਗੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਤਲਬ ਕੀਤੇ ਬਿਨਾਂ ਸਿਆਸੀ ਲੋਕਾਂ ਦੇ ਇਸ਼ਾਰੇ ਤੇ ਪੰਥ ਹਿੱਕੜਾ ਕੇ ਖੜਾ ਹੋਇਆ। ਮੈਂ ਤਾਂ ਥੋੜਾ ਵਿਸਥਾਰ ਨਾਲ ਦੱਸ ਰਿਹਾ, ਗੁਰਮੁਖ ਪਿਆਰੇ ਅਸੀਂ ਉਸ ਵੇਲੇ ਉਹਨਾਂ ਦੇ ਦਰਵਾਜੇ ਤੇ ਜਾ ਕੇ ਅਲਖ ਜਗਾਈ, ਇੱਥੋਂ ਦੇ ਸਿੱਖ ਸਾਡੇ ਨਾਲ ਗਏ, ਭਾਈ ਜੋਗਿੰਦਰਪਾਲ ਸਿੰਘ, ਗੁਰਚਰਨ ਸਿੰਘ ਬੱਬੜ, ਆ ਸਾਰੇ ਸਿੱਖ ਜਿਹੜੇ ਉਸ ਵੇਲੇ ਤੋਂ ਸੰਘਰਸ਼ ਚ ਲੱਗੇ, ਅਸੀਂ ਇੱਕ ਮੈਮੋਰੈਂਡਮ ਬਣਾ ਕੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਦਿੱਤਾ। ਜਵਾਬ ਕੀ ਸੀ, ਆਪਣੇ ਸੇਠੀ ਜੀ ਬਜਟ ਸਾਂਝਾ ਕਰ ਰਹੇ ਸੀ, ਅੱਗੋ ਜਵਾਬ ਕੀ ਸੀਗਾ, ਕਹਿੰਦੇ ਪੰਥ ਦੇ ਅੱਗੇ ਹੀ ਬੜੇ ਪੰਗੇ ਆ, ਤੁਸੀਂ ਕੋਈ ਨਵਾਂ ਪੰਗਾ ਨਾ ਛੇੜੋ ਗਿਆਨ ਗੋਦੜੀ ਦਾ, ਇਹ ਜਵਾਬ ਸੀ ਜਿਹੜੇ ਕਹਿੰਦੇ ਅੱਜ ਅਸੀਂ ਇਸ ਸੰਘਰਸ਼ ਦੀ ਅਗਵਾਈ ਕਰਾਂਗੇ। ਦੱਸੋ ਕੀ ਅਗਵਾਈ ਕਰਨਗੇ, ਉਹਨਾਂ ਕਿਹਾ ਜਿਹੜੇ ਪਹਿਲਾਂ ਹੀ ਪੰਥ ਵਿੱਚ ਤੇ ਬੜੇ ਵਿਵਾਦ ਆ, ਤੁਸੀਂ ਨਵਾਂ ਵਿਵਾਦ ਨਾ ਛੇੜੋ, ਜਿਨ੍ਹਾਂ ਨੂੰ ਢਾਇਆ ਗਿਆ ਗੁਰਦੁਆਰਾ ਮੁੜ ਉਸਾਰੀ ਕਰਨੀ ਵਿਵਾਦ ਲੱਗਦਾ ਸੀ, ਅੱਜ ਉਹ ਕੀ ਇਸ ਸੰਘਰਸ਼ ਦੀ ਅਗਵਾਈ ਕਰਨਗੇ। ਅਸੀਂ ਸਵਾਗਤ ਕਰਦੇ ਹਾਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਕਿ ਉਹ ਇਸ ਸੰਘਰਸ਼ ਵਿੱਚ ਸਾਥ ਦੇਣ, ਪਰ ਜੇਕਰ ਉਹ ਉਸ ਰੱਦ ਕੀਤੇ ਜਥੇਦਾਰਾਂ ਨੂੰ ਸਟੈਬਲਿਸ਼ ਕਰਨਾ ਚਾਹੁੰਦੇ ਆ, ਜਾਂ ਜਿਹੜਾ ਹਾਲ ਪੰਜਾਬ ਵਿੱਚ ਅਕਾਲੀ ਦਲ ਬਾਦਲ ਦਾ ਹੋਇਆ, ਤੇ ਆਪਣੇ ਆਪ ਨੂੰ ਪੰਥਕ ਮੁੱਦਾ ਉਭਾਰ ਕੇ ਸਟੈਬਲਿਸ਼ ਕਰਨਾ ਚਾਹੁੰਦੇ ਆ, ਇਹ ਅਸੀਂ ਹਰਗਤ ਨਹੀਂ ਹੋਣ ਦੇਵਾਂਗੇ। ਇਹ ਸਾਡਾ ਧਾਰਮਿਕ ਮਸਲਾ ਹੈ, ਇਹ ਕੋਈ ਰਾਜਨੀਤਿਕ ਮੁੱਦਾ ਨਹੀਂ ਹੈ। ਜਿਸ ਤਰੀਕੇ ਨਾਲ ਉਹ ਆਪਣੀ ਰਾਜਨੀਤੀ ਉਭਾਰਨ ਵਾਸਤੇ ਅੱਜ ਗਿਆਨ ਗੋਦੜੀ ਦਾ ਜ਼ਿਕਰ ਕਰ ਰਹੇ ਆ, ਜਦੋਂ ਅਸੀਂ ਉਹਨਾਂ ਦੇ ਦਰਵਾਜੇ ਤੇ ਅਲਖ ਜਗਾਈ ਸੀ, ਅੱਗੋਂ ਮਜ਼ਾਕ ਕਰਦੇ ਸਨ, ਅੱਗੋਂ ਕਹਿੰਦੇ ਸਨ ਕਿ ਨਵਾਂ ਵਿਵਾਦ ਨਾ ਛੇੜੋ, ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਸ ਵੇਲੇ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਦੇ ਕੋਲ ਗਏ, ਗੁਰਮੁਖ ਪਿਆਰੇ ਕਿਹਦੇ ਦਰਵਾਜੇ ਤੇ ਅਲਖਣੀ ਜਗਾਈ ਗਿਆਨ ਗੋਦੜੀ ਦੇ ਸੰਬੰਧ ਵਿੱਚ,
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੱਕ ਕੋਈ ਜਵਾਬ ਕੀ ਸੀ? ਮੈਨੂੰ ਤੇ ਪਤਾ ਨੀ ਗਿਆਨ ਗੋਦੜੀ ਕੀ ਹੈ, ਮੈਨੂੰ ਤੇ ਪਤਾ ਨੀ, ਸਾਨੂੰ ਤੇ ਪਤਾ ਨੀ ਹੈ ਕੀ ਮਸਲਾ। ਜਦੋਂ ਉਹਨਾਂ ਨੂੰ ਕਿਹਾ ਵੀ ਤੁਹਾਡੀ ਸਰਕਾਰ ਆ ਉੱਥੇ, ਤੁਹਾਡੇ ਭਾਈ ਵਾਲਾ ਵੀ ਸਰਕਾਰ ਆ, ਸੈਂਟਰ ਚੱਲ ਕੇ ਅਡਵਾਨੀ ਨੂੰ ਕਹੋ, ਅਟਲ ਬਿਹਾਰੀ ਵਾਜਪਾਈ ਨੂੰ ਕਹੋ, ਤੇ ਜਾ ਕੇ ਇੱਧਰ ਉੱਤਰਾਖੰਡ ਚ ਬੀਜੇਪੀ ਦੀ ਸਰਕਾਰ ਆ, ਉਹਨਾਂ ਨੂੰ ਕਹੋ ਗਿਆਨ ਗੋਦੜੀ ਪੰਥ ਦਾ ਪੰਥ ਦੇ ਹਵਾਲੇ ਕਰੋ। ਪਰ ਕੋਈ ਜਵਾਬ ਸੀ, ਸਾਨੂੰ ਤੇ ਪਤਾ ਨਹੀਂ ਹੈ। ਮੈਂ ਬੇਨਤੀ ਕਰ ਰਿਹਾ ਗੁਰਮੁਖ ਪਿਆਰਿਓ, ਪ੍ਰਧਾਨ ਸ਼੍ਰੋਮਣੀ ਕਮੇਟੀ, ਜਥੇਦਾਰ ਸ੍ਰੀ ਅਕਾਲ ਤਖ਼ਤ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਔਰ ਮੁੱਖ ਮੰਤਰੀ ਪੰਜਾਬ, ਇਹਨਾਂ ਸਾਰਿਆਂ ਕੋਲ ਜਾ ਕੇ ਮੈਮੋਰੈਂਡਮ ਅੱਜ ਵੀ ਉਹਨਾਂ ਦੇ ਡਸਟਬਿਨਾਂ ਚ ਪਏ ਹੋਣ, ਜੋ ਹੋ ਸਕਦਾ ਹੁਣ ਤਾਂ ਉਹਨਾਂ ਨੇ ਗੁਰਮੁਖ ਪਿਆਰਿਓ ਸਾੜ ਦਿੱਤੇ ਹੋਣ, ਡਸਟਬਿਨਾਂ ਦੇ ਵਿੱਚ ਉਹ ਜਿਹੜੇ ਮੰਗ ਪੱਤਰ ਸੀ, ਯਾਦ ਪੱਤਰ ਸੀ, ਉਹ ਸਿੱਟ ਦਿੱਤੇ ਗਿਆਨ ਗੋਦੜੀ ਵਾਲੇ। ਅੱਜ ਜਦੋਂ ਸੱਤਾ ਚ ਨੀ ਰਹੇ, 10 ਸਾਲ ਰਾਜ ਰਿਹਾ, ਗਿਆਨ ਗੋਦੜੀ ਦਾ ਚੇਤਾ ਨੀ ਆਇਆ। ਅੱਜ ਜਦੋਂ ਪੰਥ ਨੇ ਰੱਦ ਕਰ ਦਿੱਤਾ, ਪੰਜਾਬ ਨੇ ਰੱਦ ਕਰ ਦਿੱਤਾ, ਅੱਜ ਗਿਆਨ ਗੋਦੜੀ ਚੇਤੇ ਆ ਗਿਆ ਇਹਨਾਂ ਨੂੰ। ਮੈਂ ਬੇਨਤੀ ਤਾਂ ਕਰ ਰਿਹਾ ਹਰਿਦੁਆਰ ਦੀਆਂ ਸੰਗਤਾਂ ਨੂੰ, ਕਿਸਾਨ ਸੰਗਤ ਜੀ, ਗੁਮਰਾਹ ਨਾ ਹੋਇਓ, ਬੜੀ ਵੱਡੀ ਰਾਜਨੀਤੀ ਚੱਲ ਰਹੀ ਹੈ। ਅੱਜ RSS ਦੇ ਰਾਹੀਂ, ਬੀਜੇਪੀ ਦੇ ਰਾਹੀਂ ਬੜੇ ਸਾਜ਼ਬਾਜ਼ ਹੋ ਰਹੇ ਆ। ਔਰ ਜਿਹੜਾ ਪਹਿਲਾਂ ਬਿਆਨ ਆਇਆ ਸੀ ਸਰਦਾਰ ਮਨਜੀਤ ਸਿੰਘ ਡੀਕੇ ਦਾ ਬਿਆਨ ਪੜ੍ਹੋ, ਕੀ ਆਖਿਆ? ਕਹਿੰਦੇ ਉੱਥੇ 20-22 ਫੁੱਟ ਜਗ੍ਹਾ ਸੀ, ਉਹ ਸਾਡੀ ਸਰਕਾਰ ਨਾਲ ਗੱਲ ਹੋ ਗਈ ਹੈ, ਉੱਥੇ ਨਿਸ਼ਾਨ ਸਾਹਿਬ ਲਾ ਦਿਓ, ਉੱਥੇ ਜਾਤ ਪੱਤਰ ਲਾ ਦਿਓ, ਗੁਰਦੁਆਰਾ ਬਾਹਰ ਬਣਾ ਦਿਓ। ਹਰਿਦੁਆਰ ਦੇ ਗੁਰਦੁਆਰਿਆਂ ਦੀ ਘਾਟ ਹੈ, ਆਹ ਗੁਰਦੁਆਰਾ ਸਾਹਿਬ ਬੜਾ ਸੋਹਣਾ, ਜਿੱਥੇ ਆਪਾਂ ਖੜੇ ਤੇ ਬੋਲ ਰਹੇ ਹਾਂ, ਹਰਿਦੁਆਰ ਚ ਹੋਰ ਬੜੇ ਗੁਰਦੁਆਰੇ ਆ, 10 ਗੁਰਦੁਆਰੇ ਪਹਿਲਾਂ ਨੇ ਗਿਆਨ ਗੁਰਦੁਆਰਾ, ਇੱਕ 11ਵਾਂ ਗੁਰਦੁਆਰਾ ਹੋਰ ਬਣਾ ਰਿਹਾ। ਇਹ ਕੋਈ ਸਾਡੀ ਪੰਥ ਦੀ ਪ੍ਰਾਪਤੀ ਥੋੜੀ ਹੈ। ਆ 10 ਗੁਰਦੁਆਰਿਆਂ ਤੋਂ ਜੇ ਬਾਹਰ ਹੀ ਬਣਾਉਣਾ, 5 ਮੀਲ ਹਰਕੀ ਪੌੜੀ ਤੋਂ ਦੂਰ ਬਣਾਉਣਾ, ਕਿਸੇ ਗੁਰਦੁਆਰੇ ਤੇ ਗਿਆਨ ਗੋਦੜੀ ਲਿਖ ਦਿਓ 10ਾਂ ਚੋਂ। ਗੱਲ ਦੇ ਪੰਥ ਦੀ ਆਣ ਸ਼ਾਨ ਦਾ ਮਸਲਾ ਹੈ, ਪੰਥ ਦੇ ਸਨਮਾਨ ਦਾ ਮਸਲਾ ਹੈ, ਗੁਰੂ ਦੇ ਉਸ ਅਸਥਾਨ ਦਾ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਹਾ। ਮੈਨੂੰ ਤੁਸੀਂ ਹੁਕਮ ਕੀਤਾ, ਹਰਿਦੁਆਰ ਦੀਆਂ ਸੰਗਤਾਂ ਨੇ ਇੱਥੇ ਕੱਟ ਲਾ ਕੇ ਮੈਂ ਤੁਹਾਡੇ ਚਰਨਾਂ ਚ ਹਾਜ਼ਰ ਹੋਇਆ। ਜਦੋਂ ਇਹ ਬਿਆਨ ਆਇਆ ਸੀ, ਮੈਂ ਨਾਲ ਦੀ ਨਾਲ ਇਸ ਨੂੰ ਕੰਡਮ ਕਰ ਦਿੱਤਾ ਸੀ ਕਿ ਦਿੱਲੀ ਕਮੇਟੀ, ਸ਼੍ਰੋਮਣੀ ਕਮੇਟੀ ਸੰਘਰਸ਼ ਕਰੇ, ਸਹਿਯੋਗ ਦੇਵਾਂਗੇ ਤਨ ਮਨ ਧਨ ਦੇ ਨਾਲ, ਪਰ ਜੇਕਰ ਪੰਥ ਵਰਤਾ ਆਕਸੀਜਨ ਨੇ ਕੀ ਕੰਮ ਕਰਨਾ? ਉੱਥੇ ਆਕਸੀਜਨ ਦੇ ਸਿਲੰਡਰ ਕੋਈ ਕੰਮ ਨਹੀਂ ਕਰਦੇ। ਜਿਹੜੇ ਪੰਥ ਵੱਲੋਂ ਮੁਰਦਾ ਹੋ ਚੁੱਕੇ ਗਿਆਨੀ ਗੁਰਵਰਨ ਸਿੰਘ ਵਰਗੇ, ਉਹਨਾਂ ਦੇ ਆਕਸੀਜਨ ਕੀ ਕੰਮ ਕਰੂ? ਪਰ ਉਹ ਆਪਣੀਆਂ ਗਲਤੀਆਂ ਤੇ ਪਰਦਾ ਪਾ ਕੇ ਮੁੜ ਸਟੈਪਲੈਸ ਹੋਣਾ ਚਾਹੁੰਦੇ ਆ। ਮੈਂ ਬੇਨਤੀ ਕਰਾਂ ਸਾਧ ਸੰਗਤ ਜੀ, ਸੁਚੇਤ ਹੋਵੋ, ਗਿਆਨੀ ਗੁਰਭਜਨ ਸਿੰਘ ਨੂੰ ਅੱਗੇ ਲਾ ਕੇ ਗੁਰਮੁਖ ਪਿਆਰੇ ਹੋ, ਇਹ ਜਿਹੜਾ ਗਿਆਨ ਗੋਦੜੀ ਦਾ ਸੰਘਰਸ਼ ਆ, ਉਹਦੇ ਨਾਂ ਤੇ ਰਾਜਨੀਤੀ ਨੇ ਕਰ ਦੇਣੀ। ਸੰਘਰਸ਼ ਕਰ ਰਹੀਆਂ ਸੰਗਤਾਂ, ਪੰਥ ਕਰੇ, ਸ਼੍ਰੋਮਣੀ ਕਮੇਟੀ ਕਰੇ, ਦਿੱਲੀ ਕਮੇਟੀ ਕਰੇ, ਪੰਥ ਦਾ ਸਹਿਯੋਗ ਲੈ ਕੇ ਕੰਨਿਆਕੁਮਾਰੀ ਤੱਕ ਦਾ ਸਿੱਖ ਨਹੀਂ, ਦੁਨੀਆਂ ਦਾ ਸਿੱਖ, ਨਿਊਜ਼ੀਲੈਂਡ ਤੋਂ ਲੈ ਕੇ ਅਮਰੀਕਾ ਤੱਕ ਦਾ ਸਿੱਖ ਨਾਲ ਪੜਨ ਨੂੰ ਤਿਆਰ ਹੈ, ਤਨ ਮਨ ਧਨ ਦੇ ਨਾਲ ਸਹਿਯੋਗ ਦੇਣ ਨੂੰ ਤਿਆਰ ਹੈ। ਜੇ ਸਿੱਖ ਸੰਗਤਾਂ ਪੰਥ ਇਸ ਦੀ ਅਗਵਾਈ ਕਰਕੇ ਸੰਘਰਸ਼ ਨੂੰ ਗਾਂਹ ਤੋਰੇ ਤੇ ਗੁਰਦੁਆਰਾ ਮੂਲ ਸਥਾਨ ਦੇ ਉੱਤੇ, ਮੈਂ ਵੀ ਬੇਨਤੀ ਕਰਦੇ ਬੜਾ ਸਾਜ਼ਬਾਜ਼ ਹੋਇਆ ਸੀ, ਜੇਕਰ ਅਸੀਂ ਨਾ ਕਡੈਮ ਕਰ ਦੇਣ ਤੇ ਗੁਰਦੁਆਰਾ ਦੇ ਗੁਰਮੁਖ ਪਿਆਰੇ ਪਾਸੇ ਕੀ ਪੱਥਰ ਰੱਖਣ ਦੀਆਂ ਤਿਆਰੀਆਂ ਹੋ ਗਈਆਂ ਸੀਗੀਆਂ। ਇਹ ਸਾਰਾ ਕੁਝ ਪਾਸੇ ਮੂਲ ਸਥਾਨ ਵਾਲਾ ਤੇ ਭੋਗ ਪਾ ਦੇਣ ਲੱਗੇ ਸੀ, ਇਹ ਸਾਰਾ ਕੁਝ ਹੋ ਗਿਆ ਸੀ ਉਹਨਾਂ ਦਾ ਸਾਜ਼ਬਾਜ਼। ਪਰ ਜਦੋਂ ਉਹਨਾਂ ਨੇ ਗੁਰਮੁਖ ਪਿਆਰਿਓ ਆ ਗੱਲ ਕੀਤੀ ਨਾ, ਤੇ ਮੈਂ ਬੇਨਤੀ ਕਰਾਂ, ਇਹ ਤੇ ਸਾਨੂੰ ਉਸ ਵੇਲੇ ਸ੍ਰੀ ਹਰੀਸ਼ ਰਾਵਤ ਮੁੱਖ ਮੰਤਰੀ ਉੱਤਰਾਖੰਡ, ਉਹਨਾਂ ਨੇ ਕਿਹਾ ਸੀ ਕਿ ਨਿਸ਼ਾਨਦੇਹੀ ਕਰਾਓ ਕਿਸੇ ਜਗ੍ਹਾ। ਜਦੋਂ ਜਗ੍ਹਾ ਦਾ ਦੱਸਿਆ, ਉਹਨਾਂ ਨੇ ਉਸ ਜਗ੍ਹਾ ਤੇ ਅਸਮਰਥਾ ਜ਼ਾਹਰ ਕੀਤੀ ਕਿ ਪ੍ਰਾਈਵੇਟ ਕਬਜ਼ਾ, ਅਸੀਂ ਉਹਨਾਂ ਨੂੰ ਛੇੜਾਂਗੇ, ਝਗੜਾ ਪੈਦਾ ਹੋਵੇਗਾ। ਪਰ ਨਾਲ ਹੀ ਉਹਨਾਂ ਨੇ ਰਾਣੀਪੁਰ ਮੋੜ ਵਾਲੀ ਜਗ੍ਹਾ, ਆਨੰਦਗੜ੍ਹ ਵਾਲੀ ਜਗ੍ਹਾ, ਸਾਨੂੰ ਕਈ ਜਗ੍ਹਾ DM ਹਰਿਦੁਆਰ, SDM ਹਰਿਦੁਆਰ, ਸਾਨੂੰ ਇਹ ਜਗ੍ਹਾ ਦਿਖਾਈਆਂ ਗਈਆਂ, ਭਾਈ ਸੇਠੀ ਜੀ ਬੈਠੇ ਆ, ਹੋਰ ਭਾਈ ਜੋਗਿੰਦਰ ਪਾਲ, ਅਸੀਂ ਉਹ ਜਗ੍ਹਾ ਦੇਖੀਆਂ। ਪਰ ਅਸੀਂ ਇੱਕੋ ਗੱਲ ਕਹੀ ਸੀ, ਹੋਰ ਜਿੰਨੀਆਂ ਮਰਜ਼ੀ ਜਗ੍ਹਾ ਦੇ ਦਿਓ, ਸਰਾਵਾਂ ਬਣ ਜਾਣਗੀਆਂ ਸੰਗਤਾਂ ਦੇ ਰਹਿਣ ਵਾਸਤੇ, ਸੰਗਤਾਂ ਗਾਹੇ ਹੁਣ ਸਾਹਿਬ ਨੂੰ ਜਾਂਦੀਆਂ, ਹੋਰ ਇੱਧਰ ਯੂਪੀ ਦੇ ਸਥਾਨਾਂ ਦੇ ਦਰਸ਼ਨ ਕਰਨ ਆਉਂਦੀਆਂ ਨੇ, ਸਰਾਵਾਂ ਬਣ ਜਾਣਗੀਆਂ। ਪਰ ਜੇ ਤੁਸੀਂ ਕਹੋ ਮੂਲ ਸਥਾਨ ਛੱਡ ਕੇ ਤੇ ਗੁਰਦੁਆਰਾ 5 ਮੀਲ ਪਰੇ ਬਣਾ ਲਾਂਗੇ, ਇਹ ਬਿਲਕੁਲ ਨਹੀਂ ਹੋਣਾ। ਮੈਂ ਕਿਹਾ ਤੁਸੀਂ ਅੱਜ ਵੀ ਜਿੰਨੇ ਅਫਸਰ ਸਨ ਉਹਨਾਂ ਨਾਲ ਗੱਲਬਾਤ ਹੋਈ, ਕਿ ਜਿੰਨੇ ਸਾਡੇ ਹਿੰਦੂ ਭਰਾ ਨੇ, ਅੱਜ ਵੀ ਕਹਿੰਦੇ ਆ ਕਸਮ ਰਾਮ ਕੀ ਖਾਤੇ ਹਨ, ਮੰਦਿਰ ਵਹੀ ਬਣਾਏਗੇ। ਰਾਮ ਮੰਦਿਰ ਦਾ, ਬਾਬਰੀ ਮਸਜਿਦ ਦਾ ਮਸਲਾ ਚੱਲਦਾ, ਪਰ ਮੈਂ ਬੇਨਤੀ ਕਰਾਂ ਗੁਰਮੁਖ ਪਿਆਰਿਓ, ਸਾਨੂੰ ਕੋਈ ਤਰ੍ਹਾਂ ਨਹੀਂ ਬਣਾਓ, ਸ੍ਰੀ ਰਾਮ ਮੰਦਿਰ ਬਣਾਓ, ਬਣਾਉਣਾ ਚਾਹੀਦਾ।
ਪਰ ਮੈਂ ਬੇਨਤੀ ਕਰਾਂ ਆਪ ਦੇ ਤੁਸੀਂ ਕਹਿੰਦੇ ਹੋ ਬਾਬਰੀ ਮਸਜਿਦ ਢਾ ਕੇ ਰਾਮ ਮੰਦਿਰ ਬਣਾਵਾਂਗੇ, ਸਾਡਾ ਗਿਆਨ ਗੋਦੜੀ ਬਣਾਉਣੀ ਤੇ ਨਾ ਕੋਈ ਮੰਦਿਰ ਢਾਉਣਾ ਪੈਣਾ ਤੇ ਨਾ ਕੋਈ ਮਸਜਿਦ ਢਾਉਣੀ ਪੈਣੀ ਹੈ। ਪ੍ਰਾਈਵੇਟ ਕਬਜ਼ਾ ਗੁਰਦੁਆਰਾ ਗਿਆਨ ਗੋਦੜੀ ਦੀ ਜਗ੍ਹਾ ਜਿਹਨਾਂ ਲੋਕਾਂ ਨੇ ਕਬਜ਼ਾ ਕੀਤਾ ਹਟਾਓ। ਤੁਸੀਂ ਕਹਿੰਦੇ ਹੋ ਬਾਬਰੀ ਮਸਜਿਦ ਢਾ ਕੇ ਰਾਮ ਮੰਦਿਰ ਬਣਾਉਣਾ, ਅਸੀਂ ਤੇ ਕੋਈ ਮੰਦਿਰ ਮਸਜਿਦ ਨਹੀਂ ਢਾਉਣਾ, ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੇ ਪ੍ਰਾਈਵੇਟ ਕਬਜ਼ਾ ਹਟਾ ਦਿਓ। ਪਰ ਇੱਕ ਮੈਂ ਬੇਨਤੀ ਕਰਾਂ ਉਹਨਾਂ ਨੂੰ ਆਖਿਆ ਗਿਆ ਅਫਸਰਾਂ ਨੂੰ ਕਿ ਤੁਸੀਂ ਸ੍ਰੀ ਰਾਮ ਮੰਦਿਰ ਬਾਬਰੀ ਮਸਜਿਦ ਦੀ ਜਗ੍ਹਾ ਪੰਜਵੀਂ ਪਾਸੇ ਬਣਾ ਲਓ। ਕਹਿੰਦੇ ਜੇ ਕੈਸੇ ਹੋ ਸਕਦਾ ਸਰਦਾਰ ਜੀ, ਐਸੇ ਕੈਸੇ ਹੋਗਾ, ਰਾਮ ਮੰਦਿਰ ਤੋਂ ਵਹੀ ਬਣੇਗਾ। ਔਰ ਸਾਡੇ ਆਗੂਆਂ ਨੇ ਅਡਵਾਨੀ ਸਾਹਿਬ ਨੇ ਰੱਥ ਯਾਤਰਾ ਕੀਤੀ ਔਰ ਕਿਹਾ ਕਿ ਕਸਮ ਰਾਮ ਕੀ ਖਾਤੇ ਹੈ ਮੰਦਿਰ ਵਹੀ ਬਣਾਏਗੇ, ਤੇ ਮੈਂ ਕਿਹਾ ਫਿਰ ਇੱਕ ਗੱਲ ਯਾਦ ਕਰ ਲਓ, ਅਸੀਂ ਗੁਰੂ ਨਾਨਕ ਦੇ ਸਿੱਖ ਹਾਂ, ਗੁਰਦੁਆਰਾ ਉੱਥੇ ਹੀ ਬਣਾਵਾਂਗੇ। ਪਰ ਜਿਹੜਾ ਕੁਛ ਹੋ ਰਿਹਾ ਜਿਹੜੀ ਰਾਜਨੀਤੀ ਗੁਰਦੁਆਰਾ ਗਿਆਨ ਗੋਦੜੀ ਦੇ ਨਾਂ ਤੇ
और कुछ वीर जिस तरीके हरकी पौड़ी हरिद्वार की जगह पासे जगह पासे कुछ बना लो सरा बना लो पर जे कहो गुरुद्वारा ज्ञान गोदरी हरकी पौड़ी तो गंगा के तट तो परे कदे जाके खेत खदाना च बन लो माफ करो ये पंथ ने सहमत नहीं होना पंथ ए कद सहमत नहीं होगा पंथ इस गल राजी होगा मैं बहुत विस्तार चाहना समाप्ति पर गुरुद्वारा मूल स्थान सेठी जी कह के गए हैं कि सारा पंथ इस एक मानते हैं पर मैं दस दिया गुरमुख प्यारे श्रोमणी कमेटी अकाली दल बाद दिल्ली कमेटी पहला साजबाज करके पासे बनाने वास्ते तैयार हो गई सी पर जदो असी ओनू कंडेम किया हुण वाली इस जगह ते आके उन्हें वेख्या भी सिख खड़े हो गए जिन्हां ने संघर्ष किया इन्होंने साडा इह साजबाज चलन नहीं देना बीजेपी चाहती सी ते मामले नूं रफा दफा करो किते पासे बना के जिहड़ी मंग सिखां दी खत्म हो जावे मामला रफा दफा हो जावे जदो असी इस गल नूं कंडेम कर दिता खंडन कर दिता कि मूल स्थान की जगह पासे कदे गुरुद्वारे सानूं मंजूर नहीं है अज दिल्ली कमेटी ते श्रोमणी कमेटी ने ते कहना शुरू कर दिता कि हुण मूल स्थान ते बनूंगा इहदे लै गए सी पासे गुरमुख प्यारे मैं बेनती करा पासे जिवें पहला कह चुकिया किला दो किले पंज किले जिन्हें मर्जी सरकार दे देवे सरा बन जू स्कूल बन जू अकैडमी बन जू पर जे गुरुद्वारा ज्ञान गोदरी की गल आ ओ तां हर की पौड़ी ते बनूंगा संघर्ष जारी है पंथ की फतेह होगी
ਗੁਰੂ ਨਾਨਕ ਦਾ ਗੁਰਦੁਆਰਾ ਸਾਹਿਬ ਹਰਕੀ ਪੌੜੀ ਤੇ ਬਣੇਗਾ, ਸਰਕਾਰ ਨੂੰ ਬਣਾਉਣਾ ਪਵੇਗਾ। ਜੇਕਰ ਨਹੀਂ ਸਰਕਾਰ ਬਣਾਵੇਗੀ ਤੇ ਆਪੇ ਗੁਰਮੁਖ ਇਹ ਨੀ ਬਣਾਉ ਅਗਲੀ ਬਣਾ ਦਊਗੀ, ਪਰ ਬਣੂਗਾ ਮੂਲ ਸਥਾਨ ਦੇ ਉੱਤੇ। ਇਹ ਬੇਨਤੀਆਂ ਸਵੀਕਾਰ ਕਰਿਓ। ਰਾਜਨੀਤੀ ਦੀਆਂ ਗੱਲਾਂ ਬਣੀਆਂ ਹੋ ਰਹੀਆਂ, ਜਿਵੇਂ ਭਾਈ ਮਨਜੀਤ ਸਿੰਘ ਨੇ ਕਿਹਾ ਕੋਈ ਰਾਜਨੀਤੀ ਵਿੱਚ ਦਖਲਦਾਰੀ ਨਾ ਕਰੇ, ਪਰ ਰਾਜਨੀਤੀ ਬਣਨਾ ਚਾਹੁੰਦੀ ਹੈ, ਉਹਦਾ ਆਪਾਂ ਨੇ ਰਾਹ ਰੋਕਣਾ। ਗੁਰੂ ਨਾਨਕ ਦੇ ਆਪਾਂ ਜਿਹੜੇ ਭਾਈ ਲਾਲੋ ਦੇ ਵਾਰਸ ਸਿੱਖ ਹਨ, ਆਪਾਂ ਸਾਰਿਆਂ ਨੇ ਰਲ ਕੇ ਗੁਰਦੁਆਰਾ ਗਿਆਨ ਗੋਦਰੀ ਦਾ ਸੰਘਰਸ਼ ਜੀ ਅੱਗੇ ਦੁਨੀਆਂ ਭਰ ਦੇ ਸਿੱਖਾਂ ਨੂੰ ਦੱਸ ਦਿੰਦਾ, ਗਿਆਨ ਗੋਦਰੀ ਸਾਹਿਬ ਦਾ ਕੋਈ ਸੰਘਰਸ਼ ਹੈ ਤੇ ਦੁਨੀਆਂ ਦੇ ਸਿੱਖਾਂ ਦੀਆਂ ਭਾਵਨਾਵਾਂ ਜੁੜ ਗਈਆਂ। ਗੁਰਮੁਖ ਪਿਆਰੇ ਹੁਣ ਗੁਰੂ ਨਾਨਕ ਕਿਰਪਾ ਕਰੇ, ਦੁਨੀਆਂ ਭਰ ਦੇ ਸਿੱਖ ਆਵਾਜ਼ ਬੁਲੰਦ ਕਰਨਗੇ ਤੇ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਮੂਲ ਸਥਾਨ ਦੇ ਉੱਤੇ ਬਣੇਗਾ। ਇਹ ਜਗ੍ਹਾ ਵੀ ਜਿਹੜੀ ਕਹਿੰਦੇ ਆ 20 ਫੁੱਟ 22 ਫੁੱਟ ਇੰਨੇ ਫੁੱਟਾਂ ਦੀ ਜਗ੍ਹਾ ਨਹੀਂ, ਗੁਰਮੁਖ ਪਿਆਰੇ ਉਹ ਸਾਰੀ ਜਗ੍ਹਾ ਉੱਥੇ ਗੁਰੂ ਨਾਨਕ ਸਾਹਿਬ ਦੀ ਆ, ਜਿੱਥੇ ਕਦੇ ਕਈ ਏਕੜ ਗੁਰੂ ਨਾਨਕ ਸਾਹਿਬ ਦਾ ਗੁਰਦੁਆਰਾ ਸੀ। ਹੌਲੀ ਹੌਲੀ ਕਬਜ਼ੇ ਕਰਦੇ 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 20-22 ਫੁੱਟ ਤੇ ਲਏ, ਪਰ ਅੱਜ ਵੀ ਉਹ ਜਿਹੜੀ ਜਗ੍ਹਾ ਕਈ ਏਕੜਾਂ ਦੇ ਵਿੱਚ ਆ। ਔਰ ਜੇ ਮੋਦੀ ਸਰਕਾਰ ਸ੍ਰੀ ਰਾਮ ਮੰਦਿਰ ਵਾਸਤੇ ਸੈਂਕੜੇ ਏਕੜ ਜ਼ਮੀਨ 500 ਕਰੋੜ ਰੁਪਇਆ ਦੇ ਸਕਦੇ ਆ, ਤੇ ਗੁਰਦੁਆਰਾ ਗਿਆਨ ਗੋਦੜੀ ਦੀ ਅਸਲ ਥਾਂ ਸਾਨੂੰ ਹੀ ਦੇਦੇ, ਅਸੀਂ ਕੋਈ ਪੈਸਾ ਨਹੀਂ ਸਰਕਾਰ ਨੂੰ ਮੰਗਦੇ, ਅਸੀਂ ਖੁਦ ਦਿਲ ਖੁੱਲ ਇਕੱਠਾ ਕਰਕੇ ਬਣਾ ਲਵਾਂਗੇ। ਪਰ ਜਿਹੜੀ ਸਾਡੇ ਗੁਰੂ ਬਾਬੇ ਦੀ ਜਗ੍ਹਾ ਵਾ, ਉਹ ਜਗ੍ਹਾ ਦਾ ਸਰਕਾਰ ਜਿਹੜੀ ਉੱਤਰਾਖੰਡ ਦੀ ਤੇ ਸੈਂਟਰ ਦੀ ਗਵਰਨਮੈਂਟ ਜਿਹੜੀ ਆ ਉਸ ਜਗ੍ਹਾ ਨੂੰ ਆਜ਼ਾਦ ਕਰੇ, ਜਗ੍ਹਾ ਨੂੰ ਛੱਡੇ, ਪ੍ਰਾਈਵੇਟ ਕਬਜ਼ੇ ਨੂੰ ਜਿਹੜਾ ਹੈਗਾ ਉਹ ਤੋੜੇ, ਤਾਂ ਕਿ ਉੱਥੇ ਗੁਰੂ ਨਾਨਕ ਸਾਹਿਬ ਦਾ ਉਹ ਪਾਵਨ ਸਥਾਨ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਰ ਥਾਪਣ ਸੋਗਾ ਸਾ ਧਰਤ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ ਸੀ ਜੰਗ ਪਏ ਹਰਿਆਵਲੇ ਜਿਹਨੇ ਮੇਰਾ ਸਤਿਗੁਰ ਦੇਖਿਆ, ਚਾਹੇ ਉੱਥੇ ਦੁਨੀਆਂ ਭਰ ਦੀਆਂ ਸਿੱਖ ਸੰਗਤਾਂ ਤੇ ਗੈਰ ਸਿੱਖ ਜਿਹੜੇ ਗੁਰੂ ਨਾਨਕ ਦੀ ਫਿਲਾਸਫੀ ਤੇ ਸ਼ਰਧਾ ਕਰਦੇ ਆ, ਉਹ ਆ ਕੇ ਉੱਥੇ ਦਰਸ਼ਨ ਇਸ਼ਨਾਨ ਕਰਨ ਤੇ ਉੱਥੇ ਦਾ ਇਤਿਹਾਸ ਉਹ ਪੜ੍ਹ ਕੇ ਹਿਰਦੇ ਚ ਵਸਾਉਣ, ਉੱਥੋਂ ਗਿਆਨ ਦਾ ਚਾਨਣ ਰਹਿਣ। ਇੱਥੇ ਗੁਰੂ ਨਾਨਕ ਸਾਹਿਬ ਨੇ ਕਰਮ ਕਾਂਡ ਦਾ ਖੰਡਨ ਕਰਕੇ ਗਿਆਨ ਦਾ ਚਾਨਣ ਵੰਡਿਆ, ਗਿਆਨ ਦੀ ਗੋਦੜੀ ਵੰਡੀ ਸੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇੱਥੇ। ਉੱਥੋਂ ਆ ਕੇ ਸਿੱਖ ਸੰਗਤਾਂ ਦਰਸ਼ਨ ਇਸ਼ਨਾਨ ਕਰਕੇ ਨਤਮਸਤਕ ਹੋ ਕੇ ਸ਼ਰਧਾ ਭਾਵਨਾ ਨਾਲ ਉਹ ਗਿਆਨ ਆਪਣੇ ਹਿਰਦੇ ਚ ਵਸਾ ਕੇ ਆਪਣਾ ਜੀਵਨ ਸਫਲ ਕਰ ਸਕਣ। ਇਹਨਾਂ ਵਿਚਾਰਾਂ ਦੇ ਨਾਲ ਹੀ ਮੈਂ ਆਪ ਸੰਗਤਾਂ ਤੋਂ ਖਿਮਾ ਮੰਗਦਾ। ਆਪ ਸਾਰਿਆਂ ਨੂੰ ਪਤਾ ਲੰਬਾ ਸਮਾਂ ਥੋੜੀ ਗੈਰ ਹਾਜ਼ਰੀ ਵੀ ਰਹੀ, ਕਿਉਂਕਿ ਸਰਕਾਰ ਨੇ ਬੜਾ ਜ਼ਬਰ ਜ਼ੁਲਮ ਕੀਤਾ। ਜਿਹੜੇ ਅੱਜ ਗਿਆਨ ਗੋਦੜੀ ਦੇ ਨਾਂ ਦੇ ਉੱਤੇ ਰਾਜਨੀਤੀ ਚਮਕਾਉਣਾ ਚਾਹੁੰਦੇ ਆ, ਜਿਹੜੇ ਆਪਣੇ ਆਪ ਨੂੰ ਸਟੈਬਲਿਸ਼ ਕਰਨ ਦੀਆਂ ਗੱਲਾਂ ਕਰ ਰਹੇ, ਉਹਨਾਂ ਨੇ ਸਾਡਾ ਰਾਹ ਰੋਕਿਆ, ਗ੍ਰਿਫਤਾਰੀਆਂ। ਕਦੇ ਗੁਰਮੁਖ ਪਿਆਰ ਗ੍ਰਿਫਤਾਰ ਕਰ ਲਓ, ਕਦੇ ਰਿਹਾ ਕਰ ਲਓ, ਕਦੇ ਜੇਲ੍ਹ ਡੱਕ ਲਓ, ਕਦੇ ਰਿਹਾ ਕਰ ਲਓ। ਸਰਬੱਤ ਖਾਲਸਾ ਹੋਇਆ, ਸਰਬੱਤ ਖਾਲਸਾ ਪੰਥ ਦੀ ਰਵਾਇਤ ਆ। ਦੁਨੀਆਂ ਭਰ ਦੇ ਸਿੱਖ ਆਏ ਉਹਦੇ ਵਿੱਚ, ਪੂਰੇ ਭਾਰਤ ਚੋਂ ਸਿੱਖ ਆਏ, ਏਡਾ ਵੱਡਾ ਇਕੱਠ, ਲੱਖਾਂ ਸੰਗਤਾਂ ਦਾ ਇਕੱਠ ਹੋਇਆ। ਇਹ ਗੁਰਮੁਖ ਪਿਆਰੇ ਉਹਦੇ ਚ ਦੱਸੋ ਕਿਹੜੀ ਮਾੜੀ ਗੱਲ ਹੋਈ? ਹੋਈ ਵੀ ਮਾੜੀ ਨਹੀਂ, ਪਰ ਸਰਕਾਰ ਨੇ ਆਪਣੀ ਦਮਨਕਾਰੀ ਨੀਤੀ ਔਰੰਗਜ਼ੇਬੀ ਹਿਟਲਰ ਸਾਹੀ ਸੋਚ ਵਰਤਦਿਆਂ ਸਰਕਾਰ ਨੇ ਸਰਬੱਤ ਖਾਲਸਾ ਦੇ ਪ੍ਰਬੰਧਕਾਂ ਤੇ ਚੁਣੇ ਹੋਏ ਸੇਵਾਦਾਰਾਂ ਨੂੰ 4-4, 6-6 ਮਹੀਨੇ ਜੇਲ੍ਹਾਂ 'ਚ ਸਾਨੂੰ ਬੰਦ ਕੀਤਾ। ਪਰ ਸਤਿਗੁਰ ਦੀ ਕਿਰਪਾ, ਤੁਹਾਡੇ ਸਹਿਯੋਗ ਦੇ ਨਾਲ ਅੱਜ ਵੀ ਉਹ ਆਵਾਜ਼ ਬੁਲੰਦ ਲੈ ਕੇ ਤੁਹਾਡੇ ਵਿੱਚ ਹਾਜ਼ਰਾ ਤਹੱਈਆ ਕਰਕੇ ਤੁਰੇ ਆ। ਸਾਨੂੰ ਸਰਕਾਰਾਂ ਦਾ ਜ਼ਬਰ ਜ਼ੁਲਮ ਡਰਾ ਨਹੀਂ ਸਕਦਾ। ਅਸੀਂ ਗੁਰੂ ਨਾਨਕ ਦੇ ਸਿੱਖ ਹਾਂ, ਆਪਣੇ ਗੁਰਮੁਖ ਪਿਆਰੇ ਗੁਰੂ ਦੇ ਆਸੇ ਅਨੁਸਾਰ ਅਸੀਂ ਇਸ ਰਾਹ ਤੇ ਚੱਲਦੇ ਜਾਣਾ ਜੋ ਗੁਰੂ ਨਾਨਕ ਨੇ ਧਰਮ ਦੀ ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਪੂਜਾ ਕਾਰ ਕੀ ਪੰਚਾ ਸ਼ਬਦ ਕਾ ਦੀਦਾਰ ਖਾਲਸੇ ਕਾ। ਉਸ ਰਾਹ ਤੇ ਤੁਰਨਾ ਤੇ ਤੋਰਨ ਦਾ ਜੋ ਸਤਿਗੁਰ ਸੱਚੇ ਪਾਤਸ਼ਾਹ ਨੇ ਸੇਵਾ ਬਖਸ਼ੀ ਹੈ, ਸਰਬੱਤ ਖਾਲਸਾ ਦੇ ਵਿੱਚ ਜੋ ਤੁਸੀਂ ਸੇਵਾ ਬਖਸ਼ੀ, ਉਸ ਸੇਵਾ ਨੂੰ ਵੀ ਨਾਲੋ ਨਾਲ ਨਿਭਾਉਂਦੇ ਹੋਏ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੇ ਮੁੜ ਉਸਾਰੀ ਦਾ ਸੰਘਰਸ਼ ਜਿਹੜਾ ਉਹਦੇ ਵਿੱਚ ਪਹਿਲਾਂ ਦੀ ਤਰ੍ਹਾਂ ਤਤਪਰ ਹੋ ਕੇ ਸੰਗਤਾਂ ਦੇ ਨਾਲ ਖੜੇ ਨਾ। ਆਓ ਸਾਰੇ ਕਬਰ ਕਸੇ ਕਰਕੇ ਤੁਰੀਏ ਏਕਤਾ ਦੇ ਨਾਲ, ਜਿਵੇਂ ਅਸੀਂ ਗੁਰਮੁਖ ਪਿਆਰੇ ਸਰਕਾਰਾਂ ਦੇ ਜ਼ਬਰ ਜ਼ੁਲਮ ਕਰਕੇ ਵਿਛੜ ਗਏ ਸਨ, ਮੁੜ ਇਕੱਠੇ ਹੋਈਏ। ਚਾਹੇ ਉਹ ਦੇਹਰਾਦੂਨ ਦੇ ਸਿੱਖ ਆ, ਹਰਿਦੁਆਰ ਦੇ, ਚਾਹੇ ਪਿੰਡਾਂ ਦੇ, ਚਾਹੇ ਦੁਨੀਆਂ ਭਰ ਦੇ ਸਿੱਖ ਆ, ਉਹ ਸਾਰੇ ਰਲ ਮਿਲ ਕੇ। ਔਰ ਇੱਕ ਜਿਹੜੀ ਗੱਲ ਖਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ, ਸਾਡੀਆਂ ਮਹਾਨ ਸੰਸਥਾਵਾਂ ਨੇ, ਉਹ ਇਸ ਸੰਘਰਸ਼ ਚ ਸੰਗਤਾਂ ਦਾ ਸਹਿਯੋਗ ਕਰਨ। ਪਰ ਜੇਕਰ ਉਹ ਰਾਜਨੀਤੀ ਕੇ ਪੰਥ ਵੱਲੋਂ ਰੱਦ ਕੀਤੇ ਗਏ ਨੀ ਗੁਰਬਚਨ ਸਿੰਘ ਦੀ ਅਗਵਾਈ ਦੇ ਵਿੱਚ ਕਹਿਣ ਕਿ ਇਹ ਸੰਘਰਸ਼ ਚੱਲੇਗਾ, ਇਹਨੂੰ ਨਾ ਪੰਥ ਬਰਦਾਸ਼ਤ ਕਰਦਾ ਨਾ ਕਰ ਲੈ। ਪੰਥ ਨੇ ਗੁਰਮੁਖ ਪਿਆਰੇ, ਮੈਂ ਕੱਲ ਹੀ ਪੜ੍ਹ ਰਿਹਾ ਸੀ,
ਕਿ ਗਿਆਨੀ ਗੁਰਬਚਨ ਸਿੰਘ ਜਿਹੜੀ ਕਮੇਟੀ ਬਣਾ ਰਿਹਾ ਉਹਦੇ ਵਿੱਚ ਕਈ ਉਹਨਾਂ ਸੰਪਰਦਾਵਾਂ ਦਾ ਨਾਮ ਪਾਇਆ ਜਿਹੜੀਆਂ ਪੰਥ ਚੋਂ ਛਿੜਕੀਆਂ ਹੋਈਆਂ। ਅਕਾਲ ਤਖ਼ਤ ਸਾਹਿਬ ਤੋਂ ਜਿਹਨਾਂ ਨੂੰ ਛਿੜਕਿਆ ਹੋਇਆ ਉਹਨਾਂ ਦਾ ਜ਼ਿਕਰ ਉਹਦੇ ਵਿੱਚ ਪਾਇਆ ਜਾ ਰਿਹਾ। ਤੇ ਦੱਸੋ ਕਿਵੇਂ ਕੌਮ ਦੀ ਅਗਵਾਈ ਕਰ ਸਕਦੇ, ਕਿਵੇਂ ਪੰਥ ਦੀ ਅਗਵਾਈ ਕਰ ਸਕਦੇ ਆ? ਅਸੀਂ ਇਹਨਾਂ ਚੀਜ਼ਾਂ ਨੂੰ ਨਾ ਬਰਦਾਸ਼ਤ ਕੀਤਾ ਨਾ ਕਰਨਾ। ਕੰਨਿਆਕੁਮਾਰੀ ਤੋਂ ਲੈ ਕੇ ਜੰਮੂ ਕਸ਼ਮੀਰ ਤੱਕ ਤੇ ਨਿਊਜ਼ੀਲੈਂਡ ਤੋਂ ਲੈ ਕੇ ਅਮਰੀਕਾ ਤੱਕ ਪੂਰੀ ਦੁਨੀਆਂ ਦਾ ਸਿੱਖ ਤੇ ਗੁਰੂ ਨਾਨਕ ਦੀ ਸ਼ਰਧਾ ਰੱਖਣ ਵਾਲਾ ਗਿਆਨ ਗੋਦੜੀ ਸਾਹਿਬ ਦੀ ਮੁੜ ਸਾਰੀ ਦੀ ਅਰਦਾਸ ਕਰਦਾ ਤੇ ਸਹਿਯੋਗ ਦੇਵੇਗਾ। ਆਓ ਇਸ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਜੁੜੀਆਂ ਸਿੱਖ ਸੰਗਤਾਂ, ਪ੍ਰਧਾਨ ਜੀ, ਸੇਵਾਦਾਰ ਗ੍ਰੰਥੀ ਸਿੰਘ ਔਰ ਜਿੰਨੇ ਮਾਈ ਭਾਈ ਇੱਥੇ ਆਏ ਹੋ ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਮੈਂ ਕਿਹਾ ਚਾਹੁੰਦਾ ਆਉਣ ਵਾਲੇ ਦਿਨਾਂ ਦੇ ਅੰਦਰ ਇਹ ਸਾਰੇ ਸੰਘਰਸ਼ ਦੀ ਰੂਪ ਰੇਖਾ ਤੁਹਾਡੇ ਸਾਹਮਣੇ ਹੋਵੇਗੀ। ਪਰ ਜੋ ਮੈਂ ਬੇਨਤੀਆਂ ਕੀਤੀਆਂ ਉਹਨਾਂ ਨੂੰ ਜ਼ਰੂਰ ਧਿਆਨ ਵਿੱਚ ਰੱਖਿਓ। ਗੁਰਮੁਖ ਪਿਆਰ ਇਸ ਸੰਘਰਸ਼ ਨੂੰ ਅਸੀਂ ਇਸ ਤਰੀਕੇ ਦੇ ਨਾਲ ਰਾਜਨੀਤੀ ਨਹੀਂ ਕਿਸੇ ਨੂੰ ਕਰਨ ਦੇਣੀ ਔਰ ਸਹੀ ਦਿਸ਼ਾ ਦੇ ਵੱਲ ਇਹ ਗੁਰਦੁਆਰਾ ਸਾਹਿਬ ਦੀ ਉਸਾਰੀ ਜਿਹੜੀ ਮੂਲ ਸਥਾਨ ਦੇ ਉੱਤੇ ਉਹਦੇ ਵਾਸਤੇ ਆਪਾਂ ਨੇ ਤਤਪਰ ਹੋਣਾ। ਹਾਂ, ਪਾਸੇ ਆਸੇ ਜਗ੍ਹਾ ਭਾਵੇਂ ਸੈਂਕੜੇ ਏਕੜ ਸਰਕਾਰ ਦੇ ਦੇ, ਉੱਥੇ ਸਕੂਲ ਅਕੈਡਮੀਆਂ ਸਟੇਡੀਅਮ ਬਣ ਜਾਣ, ਰਹਿਸ਼ਾਂ ਬਣ ਜਾਣਗੀਆਂ, ਸਰਾਵਾਂ ਬਣ ਜਾਣਗੀਆਂ, ਪਰ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਤਾਂ ਮੂਲ ਸਥਾਨ ਦੇ ਉੱਤੇ ਹਰ ਕੀ ਪੌੜੀ ਦੇ ਉੱਤੇ ਬਣੇਗਾ। ਸਤਿਗੁਰਾਂ ਦੀ ਜਮਾ ਬਖਸ਼ਣੀ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਤਿਗੁਰਾਂ ਦੀ ਸਾਜੀ ਨਵਾਜੀ ਸਾਧ ਸੰਗਤ ਬਖਸ਼ਣ ਦਿਓਗੇ। ਭੁੱਲਾਂ ਚੁੱਕਾਂ ਦੀ ਜਮਾ ਬਖਸ਼ ਦਿਓ ਸੀਸ ਗੱਜ ਕੇ ਫਤਿਹ ਦੀ ਸੰਗ ਕਰਵਾ ਦੇ ਗੁਰੂ ਨਾਨਕ ਜੀ ਕਾ ਖਾਲਸਾ।